अमृतसर पुलिस ने नशीले पदार्थों समेत 4 लोगों को काबू करने का दावा किया है। पुलिस के मुताबिक जेल में बंद बैठे कैदी अपने साथियों के लिए नशे का सामान मंगवाते थे और पैसा पेटीएम द्वारा उनके परिजनों से मंगवाते थे। पुलिस ने मामला दर्ज कर आगे की जांच शुरू कर दी है, जिससे और भी अहम खुलासे होने की संभावनाएं हैं। ਦੁਕਾਰਾ ਹਫ਼ਤੇ ਦੀ ਜਦੋਂ ਡਿਊਟੀ ਚੱਲ ਰਹੀ ਸੀ ਉਸ ਸਮੇਂ ਇੰਸਪੈਕਟਰ CIA ਤੇ ਉਹਦੀ ਟੀਮ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਅਨਗੜ੍ਹ ਦੇ ਕੋਲ ਗੰਦੇ ਨਾਲੇ ਕੋਲ 3 ਬੰਦੇ ਨੂੰ ਐਕਟਿਵਾ ਦੇ ਉੱਤੇ ਗ੍ਰਿਫਤਾਰ ਕੀਤਾ, ਜਿਹਦੇ ਵਿੱਚ ਗੁਰਮੀਤ ਸਿੰਘ ਹੈਪੀ, ਰਜਿੰਦਰ ਸਿੰਘ ਰਾਜੂ, ਲਖਵਿੰਦਰ ਸਿੰਘ ਉਸ ਕਾਕਾ ਸੀਗੇ ਔਰ ਇਹਨਾਂ ਕੋਲੋਂ 900 ਗੋਲੀਆਂ ਜਿਹੜੀਆਂ ਨਸ਼ੇ ਦੀਆਂ ਬਰਾਮਦ ਕੀਤੀਆਂ ਔਰ ਇਹਦੇ ਵਿੱਚ ਮੇਨ ਗੱਲ ਜਿਹੜੀ ਦੱਸਣ ਵਾਲੀ ਉਹ ਇਹ ਹੈ ਵੀ ਜਦੋਂ ਇਹਨਾਂ ਨੂੰ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਤਾਂ ਜੇਲ੍ਹ ਦੇ ਵਿੱਚ ਜਿਹੜੇ 4 ਬੰਦੇ ਪਹਿਲਾਂ ਤੋਂ ਹੀ ਮੌਜੂਦ ਨੇ, ਪਲਵਿੰਦਰ ਸਿੰਘ ਪਿੰਦੀ, ਸੁਖਵਿੰਦਰ ਸਿੰਘ ਸੁੱਖ ਵਾਸੀ ਝਬਾਲ, ਐਰਿਕ ਉਰਫ ਕੰਨੀ ਅਤੇ ਪ੍ਰਿੰਸ ਪੁੱਤਰ ਇਸ਼ਪਾਲ ਸਿੰਘ, ਇਹ 4 ਬੰਦੇ ਜਿਹੜੇ ਜੇਲ੍ਹ ਦੇ ਵਿੱਚੋਂ ਇੱਕ ਸਕੈਂਡਲ ਚਲਾ ਰਹੇ ਸੀਗੇ। ਜਿਹੜਾ ਵੀ ਕੋਈ ਨਸ਼ੇੜੀ ਆਦਮੀ ਇੱਥੋਂ ਜੇਲ੍ਹ ਦੇ ਵਿੱਚ ਜਾਂਦਾ ਸੀਗਾ ਉਹਨੂੰ ਜੇਲ੍ਹ ਦੇ ਵਿੱਚ ਕੁਛ ਸਮਾਨ ਦਿੰਦੇ ਸੀ, ਨਸ਼ੇ ਦਾ ਸਮਾਨ ਦਿੰਦੇ ਸੀ ਔਰ ਉਹਦੀ ਪੇਮੈਂਟ ਜਿਹੜੀ ਹੈ ਜਿਹੜਾ ਬੰਦੇ ਨੇ ਨਸ਼ਾ ਲੈਣਾ ਹੁੰਦਾ ਸੀ ਉਹਦੇ ਘਰ ਦੇ ਬਾਹਰ ਜਿਹੜੇ 3 ਬੰਦੇ ਫੜੇ ਗਏ ਇਹਨਾਂ ਦੇ ਕੋਲ ਜਮ੍ਹਾਂ ਕਰਾਉਂਦੇ ਸੀ, ਇਹ ਪੇਟੀਐਮ ਦੇ ਵਿੱਚ ਉਹਨਾਂ ਕੋਲ ਪੈਸੇ ਪਾਉਂਦੇ ਸੀਗੇ ਔਰ ਉਹ ਅੰਦਰ ਉਹਨਾਂ ਨੂੰ ਉੱਥੇ ਸਮਾਨ ਮਹੱਈਆ ਕਰਾ ਦਿੰਦੇ ਸੀਗੇ ਔਰ ਜਦੋਂ ਉਹਨਾਂ ਦਾ ਤਕਰੀਬਨ ਪੈਸੇ 25 ਤੋਂ 30 ਹਜ਼ਾਰ ਜਾਂ 50 ਹਜ਼ਾਰ ਰੁਪਈਆ ਹੋ ਜਾਂਦਾ ਸੀਗਾ, ਜਿਹੜੇ ਇਹ 4 ਬੰਦੇ ਜੇਲ੍ਹ ਦੇ ਵਿੱਚ ਨੇ ਇਹਨਾਂ ਦੇ ਪੇਰੈਂਟਸ ਜਾਂ ਵਾਰਸ ਜਿਹੜੇ ਸੀਗੇ ਉਹ ਜਾ ਕੇ ਉਹਨਾਂ ਤੋਂ ਪੈਸੇ ਲੈ ਆਉਂਦੇ ਸੀ ਜਾਂ ਉਹਨਾਂ ਦਾ ਇਹ ਮੋਬਾਈਲ ਰੀਚਾਰਜ ਕਰਾ ਦਿੰਦੇ ਸੀ ਜਾਂ ਜੋ ਵੀ ਉਹ ਅੰਦਰੋਂ ਉਹਨਾਂ ਨੂੰ ਇੰਸਟਰਕਸ਼ਨ ਦਿੰਦੇ ਸੀ ਉਸ ਹਿਸਾਬ ਨਾਲ ਉੱਥੇ ਖਰਚ ਕਰ ਦਿੰਦੇ ਸੀਗੇ ਔਰ ਇਹਦੇ ਵਿੱਚ ਜਿਹੜੇ ਜੇਲ੍ਹ ਦੇ ਵਿੱਚ ਵੀ ਅਸੀਂ ਨਾਲ ਹੀ ਐਕਸ਼ਨ ਕਰਵਾ ਕੇ ਜਿਹੜਾ ਜੇਲ੍ਹ ਦੇ ਵਿੱਚ ਵੀ ਉਹਨਾਂ ਦੇ ਮੋਬਾਈਲ ਵੀ ਬਰਾਮਦ ਕਰ ਲਏ ਨੇ ਔਰ ਇਹਨਾਂ ਦੇ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਕਿਹੜੇ ਕਿਹੜੇ ਬੰਦੇ ਹੋਰ ਵੀ ਉਹਦੇ ਵਿੱਚ ਸ਼ਾਮਲ ਨੇ ਉਹਦਾ ਅਸੀਂ ਪਰਦਾਫਾਸ਼ ਕਰਾਂਗੇ ਔਰ ਇਹ ਜਿਹੜੇ ਬੰਦੇ ਨੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਆ ਅਰੁਣ ਸ਼ਰਮਾ ਜਿਹੜਾ ਆ ਨਾਮ ਦਾ ਉਹ ਭਗੌੜਾ ਹੋਇਆ। ਇਸ ਤੋਂ ਇਲਾਵਾ ਇੱਕ ਹੋਰ ਕੇਸ ਦੇ ਵਿੱਚ ਸਾਹਿਲ ਕੁਮਾਰ ਉਰਫ ਸੰਨੀ, ਉਸ ਨੂੰ 25 ਹਜ਼ਾਰ ਨਸ਼ੀਲੀਆਂ ਗੋਲੀਆਂ ਔਰ 7 ਹਜ਼ਾਰ ਨਸ਼ੀਲੇ ਕੈਪਸੂਲ ਸਮੇਤ ਜਿਹੜਾ CIA ਦੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ। ਜਿਸ ਜਗ੍ਹਾ ਦੇ ਉੱਤੋਂ ਇਹ ਇਸ ਦੀ ਪੁੱਛਗਿੱਛ ਵਿੱਚ ਆਇਆ ਵੀ ਇਹ ਸਟੋਰ ਦੇ ਉੱਤੋਂ ਲੈ ਕੇ ਆਉਂਦਾ ਸੀਗਾ ਸਮਾਨ, ਉਹ ਡਰੱਗ ਇੰਸਪੈਕਟਰ ਔਰ ਬਾਕੀ ਟੀਮਾਂ ਨੂੰ ਨਾਲ ਲੈ ਕੇ ਉੱਥੇ ਸਰਚ ਚੱਲ ਰਹੀ ਹੈ, ਹੋ ਸਕਦਾ ਉੱਥੇ ਰਿਕਵਰੀ ਹੋਵੇ ਔਰ ਉਸ ਦੀ ਪੁੱਛਗਿੱਛ ਜਿਹੜੀ ਅੱਜ ਜਾਰੀ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ, ਸਿਟੀ ਹੋਮ ਨਿਊਜ਼।